ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲਈ ਵੋਟਾਂ ਪਾਉਣ ਦਾ ਸਿਲਸਿਲਾ ਜਾਰੀ ਹੈ। ਸੰਗਰੂਰ ਵਿਖੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਉਹਨਾਂ ਕਿਹਾ ਕਿ ਲੋਕਤੰਤਰ ਲਈ ਵੋਟ ਬੇਹੱਦ ਜ਼ਰੂਰੀ ਹੈ। ਭਾਈ ਅੱਜ ਦੇਖੋ, ਮੈਂ ਅੱਜ ਆਪਣੇ ਪਿੰਡ ਆਪਣੀ ਵੋਟ ਪਾ ਕੇ ਆਇਆ ਤਾਂ ਕਿ ਲੋਕਤੰਤਰ ਜਿਹੜਾ ਹੈਗਾ ਪੰਜਾਬ ਦਾ ਬਚਿਆ ਰਹੇ। ਪਰ ਕਾਂਗਰਸ ਪਾਰਟੀ ਬਹੁਤ ਬੁਰੀ ਤਰ੍ਹਾਂ ਲੋਕਾਂ ਨੂੰ ਡਰਾ ਰਹੀ ਹੈ। ਹਾਲੇ ਹੁਣ ਵੀ ਸ਼ਰਾਬ ਜਿਹੜੀ ਹੈਗੀ ਆ ਸਮਗਲਿੰਗ ਕਰ ਰਹੀ ਆ, ਹਜੇ ਵੀ ਸ਼ਰਾਬ ਜਿਹੜੀ ਹੈਗੀ ਲੋਕਾਂ 'ਚ ਵੰਡੀ ਜਾ ਰਹੀ ਆ, ਲੋਕਾਂ ਨੂੰ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ। ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਆ ਪੰਜਾਬ ਦਾ, ਬਹੁਤ ਬੁਰੀ ਤਰ੍ਹਾਂ ਫੇਲ ਆ। ਕਾਂਗਰਸ ਜਿਹੜੀ ਹਾਈਜੈਕ ਕਰਕੇ ਲੈ ਗਈ ਇਸ ਵਿੱਚ। ਵਿਧਾਨ ਸਭਾ ਦੇ ਅੰਦਰ ਜਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਉੱਪਰ ਸਾਰੇ ਮਿਨਿਸਟਰ ਬੋਲੇ, ਸਾਰੀ ਆਮ ਆਦਮੀ ਪਾਰਟੀ ਦੀ ਮੰਗ ਸੀਗੀ, ਸਮੁੱਚੇ ਜਿਹੜੀਆਂ ਹੈਗੀਆਂ ਪੰਜਾਬ ਹਿਤੈਸ਼ੀ ਲੋਕਾਂ ਦੀ ਮੰਗ ਸੀ, ਬਾਦਲ ਪਰਿਵਾਰ ਨੂੰ ਤੁਰੰਤ ਅਰੈਸਟ ਕੀਤਾ ਜਾਵੇ, ਕਿਉਂਕਿ ਰਿਪੋਰਟ ਦੇ ਵਿੱਚ ਨਾਂ ਆ ਗਿਆ। ਪਰ ਬੜੀ ਅਫਸੋਸ ਦੀ ਗੱਲ ਆ ਵੀ ਹਾਲੇ ਤੱਕ ਕੋਈ FIR 'ਚ ਨਾਂ ਨਹੀਂ, ਕੁਛ ਨਹੀਂ ਹੋਇਆ ਹੈਗਾ। ਮੈਨੂੰ ਲੱਗਦਾ ਵੀ ਕੈਪਟਨ ਸਾਹਿਬ ਜਿਹੜੇ ਹੈਗੇ, ਜਿਸ ਤਰ੍ਹਾਂ ਪਹਿਲਾਂ ਬਾਦਲਾਂ ਲੜੇ ਹੋਏ ਸੀ, ਹੁਣ ਦੁਬਾਰਾ ਫਿਰ ਉਹਨਾਂ ਦਾ ਇੱਕ ਗੱਠਜੋੜ ਹੋ ਗਿਆ। ਹੁਣ ਜਿਹੜਾ ਗੱਠਜੋੜ ਆ ਅਕਾਲੀ ਦਲ ਵਰਸਸ ਅਕਾਲੀ ਦਲ ਐਂਡ ਕਾਂਗਰਸ ਦਾ ਗੱਠਜੋੜ ਆ। ਸਰ, ਜਿਹੜੀ 26 ਤਰੀਕ ਨੂੰ ਕਾਂਗਰਸ ਇਜਲਾਸ ਬੁਲਾ ਰਹੀ ਹੈ, ਜਿਹੜੀ ਕਾਂਗਰਸ ਪਾਰਟੀ ਹੈ ਉਹ ਕਾਰਵਾਈ ਤੋਂ ਬਚ ਰਹੀ ਹੈ ਅਤੇ ਬਾਦਲਾਂ 'ਤੇ ਆਰੋਪ ਵੀ ਲਗਾਏ ਨੇ। ਦੇਖੋ, ਇਹ ਗੱਲ ਸਪੱਸ਼ਟ ਆ, ਬੇਅਦਬੀ ਮਾਮਲੇ ਦੇ ਵਿੱਚ ਬਾਦਲ ਪਰਿਵਾਰ ਦਾ, ਸੁਮੇਧ ਸੈਣੀ ਜੀ ਦਾ ਸਭ ਦਾ ਨਾਂ ਆ ਗਿਆ। ਪਰ ਕਾਂਗਰਸ ਪਾਰਟੀ ਹਿਚਕਚਾਹਟ ਕਰ ਰਹੀ ਹੈ ਪਿੱਛੇ ਹਟ ਕੇ ਕਾਰਵਾਈ ਕਰਨ ਤੋਂ। ਇੱਥੋਂ ਪਤਾ ਲੱਗਦਾ ਵੀ ਅਕਾਲੀ ਦਲ ਅਤੇ ਕਾਂਗਰਸ ਲੜੇ ਹੋਏ ਨੇ, ਪੰਜਾਬ ਦੇ ਲੋਕਾਂ ਨਾਲ ਧੋਖਾ ਹੋਇਆਗਾ। ਲੋਕਾਂ ਨਾਲ 2017 ਦੇ ਵਿੱਚ ਧੋਖਾ ਕਰਕੇ ਕਾਂਗਰਸ ਪਾਰਟੀ ਸੱਤਾ ਬਚਾਈ ਹੈਗੀ, ਤਾਂ ਹੀ ਕੁਛ ਹੋ ਨਹੀਂ ਰਿਹਾ ਪੰਜਾਬ ਵਿੱਚ। ਬੇਅਦਬੀ ਦਾ ਐਡਾ ਵੱਡਾ ਮਾਮਲਾ, ਹਾਲੇ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੋਏ, ਹਾਲੇ ਤੱਕ ਉਹਨਾਂ ਦਾ FIR 'ਚ ਨਾਂ ਨਹੀਂ ਆਇਆ, ਹਾਲੇ ਤੱਕ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ। ਅਤੇ ਬਾਦਲ ਕੀ ਤਰ੍ਹਾਂ, ਬਾਦਲ ਨੇ ਕਿਹਾ ਵੀ ਲੰਬੀ ਦੇ ਮੁੱਖ ਮੰਤਰੀ ਨੇ ਵੀ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ, ਨਾ ਕਿ ਲੰਬੀ ਦਾ ਮੁੱਖ ਮੰਤਰੀ। ਦੇਖੋ, ਸ਼ਬਦੀ ਗੱਲਾਂ ਨੇ, ਇਹਨਾਂ ਨੂੰ ਕੁਛ ਨਹੀਂ, ਸ਼ਬਦੀ ਹਮਲੇ ਇੱਕ ਦੂਜੇ 'ਤੇ ਕਰਦੇ ਰਹਿੰਦੇ, ਪਰ ਗਰਾਊਂਡ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ। ਹਾਲੇ ਤੱਕ ਜਸਰ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਕੋਈ ਕਾਰਵਾਈ ਨਹੀਂ ਹੋਈ, ਕਿਸੇ ਵੀ ਕਿਸਮ ਦੀ ਇੱਕ ਵੀ ਕਾਰਵਾਈ ਨਹੀਂ ਹੋਈ। ਪੰਜਾਬ ਸਰਕਾਰ ਤੋਂ ਮੈਂ ਵਾਰ ਵਾਰ ਮੰਗ ਕਰ ਰਿਹਾ, ਅੱਜ ਵੀ ਮੰਗ ਕਰਦਾ ਵੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ। ਬਾਦਲ ਪਰਿਵਾਰ ਨੂੰ, ਸੁਮੇਧ ਸੈਣੀ, ਜਿੰਨੇ ਵੀ ਅਫਸਰ ਪੈਮਾਨ ਦੇ ਵਿੱਚ ਫਸੇ ਹੋਏ ਨੇ, ਸਭ ਨੂੰ ਤੁਰੰਤ ਗ੍ਰਿਫਤਾਰ ਹੋਣਾ ਚਾਹੀਦਾ। ਦੇਖੋ, ਪਹਿਲਾਂ ਵੀ ਇਹ ਸਪੈਸ਼ਲ ਦੇਖਿਆ ਗਿਆ, ਮੈਂ ਵੀ ਕਾਫੀ ਜਗ੍ਹਾ ਦੇਖਿਆ ਵੀ ਬਾਦਲ ਪਰਿਵਾਰ ਨੇ ਸਾਰਾ ਪੈਸਾ, ਪੰਜਾਬ ਦਾ ਪੈਸਾ ਚੱਕ ਕੇ ਲੰਬੀ ਤਲਾਇਆ। ਈਵਨ ਕਿ ਮੈਂ ਦੇਖਿਆ ਰਾਜ ਸਭਾ ਮੈਂਬਰ ਨੇ, ਹੋਰਾਂ ਜਿਹੜੇ ਸਟੇਟ ਦੇ ਰਾਜ ਸਭਾ ਮੈਂਬਰ ਨੇ, ਉਹ ਵੀ ਪੈਸਾ ਉੱਥੇ ਭੇਜਦੇ ਨੇ। ਇੰਨਾ ਤਮਾਮ ਪੈਸਾ ਉੱਥੇ ਖਰਚ ਕੀਤਾ ਜਾਂਦਾ, ਪਰ ਲੇਕਿਨ ਮਿਸਯੂਜ਼ ਹੋ ਰਹੀ ਆ ਲੰਬੀ ਦੇ ਵਿੱਚ ਪੈਸੇ ਦੀ। ਬਹੁਤ ਸਾਰੇ ਜਿਹੜੇ ਨਿੱਜੀ ਪੈਸੇ ਲੋਕਾਂ ਦਿੱਤੇ ਜਾਂਦੇ ਨੇ, ਕਿ ਜਿਸ ਤਰ੍ਹਾਂ ਕਿਸੇ ਦਾ ਘਰ ਟੁੱਟਿਆ ਦਿਖਾ ਕੇ ਅਤੇ ਕੋਠੀਆਂ ਨੂੰ ਵੱਡੀਆਂ ਵੱਡੀਆਂ ਕੋਠੀਆਂ ਟੁੱਟੇ ਹੋਏ ਘਰ ਦਿਖਾ ਕੇ ਪੈਸਾ ਲਿਆ ਜਾਂਦਾ। ਇੱਥੇ ਸਥਿਤੀ ਤਾਂ ਬਹੁਤ ਜ਼ਿਆਦਾ ਫਿਲਹਾਲ ਵਧੀਆ, ਅਤੇ ਅਸੀਂ ਜਿੱਤਣ ਦੀ ਪੁਜੀਸ਼ਨ ਦੇ ਵਿੱਚ ਹਾਂ। ਅਤੇ ਜਿਹੜੀ ਕਾਂਗਰਸ ਪਾਰਟੀ ਆ ਉਹ ਗੁੰਡੇ ਅੰਸਰ ਆਪਣੇ ਨਾਲ ਲਈ ਫਿਰਦੀ ਆ, ਜਿਨ੍ਹਾਂ ਨੂੰ PO ਕਰਾਰ ਦਿੱਤਾ ਹੋਇਆ ਉਹ ਨਾਲ ਲਈ ਫਿਰਦੇ ਆ। ਅਤੇ ਜਿਹੜਾ ਅੱਗੇ ਦੇਖੋ ਕੀ ਬਣਦਾ। ਅਤੇ ਤੁਸੀਂ ਕੀ ਮੰਗ ਕਰਦੇ ਹੋ, ਜਿਸ ਤਰ੍ਹਾਂ PO ਤਰ੍ਹਾਂ PO ਦੇ ਜਿਹੜੇ PO ਬੰਦੇ ਕਰਾਰ ਕੀਤੇ ਹੋਏ ਨਾਲ ਫਿਰ ਰਹੇ ਨੇ, ਪੁਲਿਸ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ? ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਇਹੋ ਜਿਹੇ ਅੰਸਰਾਂ ਨੂੰ ਮੂਹਰੇ ਨਹੀਂ ਲੈ ਕੇ ਆਉਣਾ ਚਾਹੀਦਾ, ਕਿਉਂਕਿ ਬੜੀ ਸ਼ਾਂਤੀਪੂਰਕ ਇਲੈਕਸ਼ਨ ਹੋਣੀ ਚਾਹੀਦੀ ਆ। ਜਿਹਨੂੰ ਲੋਕ ਪਸੰਦ ਕਰਦੇ ਆ ਉਹਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ।